ਸਾਹਿਬ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਨ ਲਈ ਪਹੁੰਚੇ ਜਿੱਥੇ ਉਹਨਾਂ 2022 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਜ ਇੱਥੇ ਸਰਬਜੀਤ ਸਿੰਘ ਹੈਰੀ ਨੂੰ ਯੂਥ ਪ੍ਰਧਾਨ ਅਤੇ ਮਨਜੀਤ ਸਿੰਘ ਖਾਲਸਾ ਨੂੰ ਸ਼ਹਿਰੀ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸ ਮੌਕੇ ਉਹਨਾਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ 2022 ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਨੂੰ ਸ਼ੀਸ਼ਾ ਦਿਖਾਉਣਗੇ। ਬਿਕਰਮਜੀਤ ਮਜੀਠੇ ਦੇ ਬਾਰੇ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਵਪਾਰ ਬਾਰੇ SIT ਦੀ ਰਿਪੋਰਟ ਆਉਣ ਤੇ ਕਾਂਗਰਸ ਸਰਕਾਰ ਨੂੰ ਸਾਰਾ ਚਾਨਣ ਹੈ, ਪਰ ਸੂਬੇ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਦੀ ਮਿਲੀ ਭੁਗਤ ਨਾਲ ਸਰਕਾਰ ਚੱਲ ਰਹੀ ਹੈ। ਆਹੋ ਜੀ, ਮਜੀਠੀਆ ਸਾਹਿਬ ਵਿਧਾਨ ਸਭਾ ਦੇ ਵਿੱਚ ਵੀ ਪ੍ਰੈਸ ਨੂੰ ਬੋਲ ਕੇ ਆਇਆ ਵੀ ਤੂੰ ਨੀ ਬੋਲਦੀ ਰਕਾਨੇ, ਤੂੰ ਨੀ ਬੋਲਦੀ, ਤੇਰੇ ਜੀ ਤੇਰਾ ਯਾਰ ਬੋਲਦਾ। ਹੁਣ ਪ੍ਰਗਟ ਸਿੰਘ ਕਾਂਗਰਸ ਪਾਰਟੀ ਦੇ ਸੀਨੀਅਰ MLA ਹੈ, ਉਹਨਾਂ ਨੇ ਆਪਣੀ ਪਾਰਟੀ ਦੇ ਮੁੱਖ ਮੰਤਰੀ ਦੀ, ਆਪਣੀ ਸਰਕਾਰ ਦੀ ਕਾਰਜਸ਼ੈਲੀ ਜਿਹੜੀ ਅਸਲ ਦੇ ਵਿੱਚ ਪੰਜਾਬ ਦੇ ਅੰਦਰ ਆ, ਉਹ ਉਹਨਾਂ ਨੇ ਆਪਣੀ ਚਿੱਠੀ 'ਚ ਬਿਆਨ ਕੀਤੀ ਹੈ। ਹੁਣ ਮਜੀਠੀਆ ਸਾਹਿਬ ਇਹ ਕਹਿਣ ਵੀ ਤੂੰ ਨਹੀਂ ਬੋਲਦੀ ਰਕਾਨੇ, ਮਜੀਠੀਆ ਸਾਹਿਬ ਦੇ ਕਹਿਣ ਦਾ ਮਤਲਬ ਆ ਵੀ ਇਹ ਚਿੱਠੀ ਨਵਜੋਤ ਸਿੱਧੂ ਨੇ ਲਿਖੀ ਆ, ਪ੍ਰਗਟ ਨੂੰ ਫੜਾਈ ਅਤੇ ਪ੍ਰਗਟ ਨੇ ਲਿਫਾਫੇ 'ਚ ਪਾ ਕੇ ਮੁੱਖ ਮੰਤਰੀ ਜੀ ਨੂੰ ਬਾਏ ਪੋਸਟ ਡਾਕ ਦੁਆਰਾ ਭੇਜਤੀ। ਹੁਣ ਉਹ ਆਪਣੀ ਸਰਕਾਰ ਉਹਦੀ, ਮਜੀਠੀਆ ਸਾਹਿਬ ਨੂੰ ਦੁੱਖ ਤੇ ਦਰਦ ਕਿਉਂ? ਇਹ ਤਾਂ ਪੰਜਾਬੀ ਦੀ ਕਹਾਵਤ ਹੈਗੀ ਆ ਵੀ ਸੂਬੇ ਮੱਝ ਤੇ ਝੋਟੇ ਨੂੰ ਦਰਦ ਕਿਉਂ? ਅੱਗ ਲੱਗੀ ਗਰਾਇਆ ਤੇ ਧੂੰਆਂ ਨਿਕਲਿਆ ਬੋਪਾ ਰਾਇਆ, ਅੱਗ ਕਿਤੇ ਆ, ਸੇਕ ਕਿਤੇ ਆ, ਚੂੰਡੀ ਕਿਤੇ ਆ ਤੇ ਦਰਦ ਕਿਤੇ ਆ? ਸੋ ਇਹ ਆ ਜਿਹੜੀ ਸੰਧੀ ਆ ਨਾ ਮਜੀਠੀਆ ਬਾਦਲ ਐਂਡ ਕੈਪਟਨ ਫੈਮਿਲੀ ਦੀ, ਇਹ ਸੰਧੀ ਦੀ ਇੱਕ ਸ਼ਰਤ ਆ ਇੱਕ ਦੂਸਰੇ ਨੂੰ ਪ੍ਰੋਟੈਕਟ ਕਿਵੇਂ ਕਰਨਾ, ਇੱਕ ਦੂਸਰੇ ਨੂੰ ਬਚਾ ਕੇ ਕਿਵੇਂ ਰੱਖਣਾ। ਫੈਕਟਰੀ 'ਚ ਅਕਾਲੀ ਨੇਤਾ ਅਨਵਰ ਦਾ ਨਾਮ ਆਇਆ, ਹੁਣ ਫੋਟੋਆਂ ਜਾਰੀ ਹੋਈਆਂ, ਕੀ ਕਹਿਣਾ ਚਾਹੁੰਦੇ? ਫੋਟੋਆਂ ਦਾ ਦੋਸਤ, ਜਿਸ ਦਿਨ ਅਨਵਰ ਮਸੀਹ ਦੀ ਡਰੱਗ ਫੈਕਟਰੀ ਫੜੀ ਗਈ, ਮੈਂ ਉਸੇ ਦਿਨ ਲੁਧਿਆਣਾ 'ਚ ਪ੍ਰੈਸ ਕਾਨਫਰੰਸ ਕਰਕੇ ਉਹ ਫੋਟੋਆਂ, ਕਿ ਛੋਟੇ ਤੋਂ ਛੋਟੇ ਘਰੇਲੂ ਫੰਕਸ਼ਨਾਂ ਦੇ ਵਿੱਚ ਮਜੀਠੀਆ ਅਤੇ ਅਨਵਰ ਮਸੀਹ ਇੱਕ ਦੂਸਰੇ ਦੇ ਘਰੇ ਆਉਂਦੇ ਜਾਂਦੇ ਆ ਛੋਟੇ ਤੋਂ ਛੋਟੇ ਪ੍ਰੋਗਰਾਮ 'ਤੇ। ਹੁਣ ਜੇ ਤਾਂ ਮਜੀਠੀਆ ਸਾਹਿਬ ਹੁਣ ਬੜੇ ਕਲੀਨ ਚੰਗੇ ਚਰਿੱਤਰ ਵਾਲੇ, ਹੁਣ ਮਜੀਠੀਆ ਸਾਹਿਬ ਦੇ ਉੱਤੇ ਚਿੱਟੇ ਦੇ ਦੋਸ਼ਾਂ ਦੇ ਵਿੱਚ ED ਨੇ ਚਾਰਜ, SDF ਦੀ ਟੋਟਲ ਤਹਿਕੀਕਾਤ ਦੇ ਵਿੱਚ ਮਜੀਠੀਆ ਸਾਹਿਬ ਦਾ ਨਾਮ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਘਰੇਲੂ ਸੰਬੰਧ ਨੀ, ਇਹ ਸੰਬੰਧ ਚਿੱਟਾ ਬਣਾਉਣ ਤੇ ਵੇਚਣ ਤੱਕ ਦੇ ਵੀ ਹੋ ਸਕਦੇ ਆ। ਇਸ ਕਰਕੇ ਵਿਧਾਨ ਸਭਾ ਦੇ ਅੰਦਰ ਵੀ ਇਹ ਇਸ਼ੂ ਟੇਕਅਪ ਹੋਇਆ, ਕੈਪਟਨ ਅਮਰਿੰਦਰ ਸਿੰਘ ਨੇ ਪੱਲਾ ਝਾੜਦਾ ਵੀ ਕੋਈ ਨੀ, ਇਹ ਫੋਟੋਆਂ ਜਿਹੜੀਆਂ DGP ਨੂੰ ਭੇਜ ਰਹੇ, ਪਰ ਹੋਣਾ ਕੁਛ ਨਹੀਂ। ਬਿਕਰਮਜੀਤ ਨੇ ਧਰਨਾ ਲਾਇਆ ਵਿਧਾਨ ਸਭਾ ਤੇ ਕਿ ਜਿਹੜਾ ਬਿਜਲੀ ਦੇ ਬਿੱਲ ਘਟਾਏ ਜਾਣ, ਇਹ ਲੋਕ ਮਜੀਠੀਆ ਅਕਾਲੀ ਦਲ ਉਹ ਲੋਕ ਆ ਜਿਨ੍ਹਾਂ ਨੇ ਮਹਿੰਗੀ ਬਿਜਲੀ ਦੇ ਪ੍ਰਾਈਵੇਟ ਉਤਪਾਦਕਾਂ ਦੇ ਨਾਲ ਐਗਰੀਮੈਂਟ ਕੀਤੇ, ਐਂਡ ਉਹ ਡੀਲ ਦੇ ਤਹਿਤ ਐਗਰੀਮੈਂਟ ਹੋਏ। ਹੁਣ ਉਹੀ ਡੀਲ ਕੈਪਟਨ ਅਮਰਿੰਦਰ ਸਿੰਘ, 3 ਸਾਲ 2 ਸਾਲ ਬਾਕੀ ਪਏ ਆ, ਜਿੰਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਆ ਪੰਜਾਬ ਅੰਦਰ, ਇਹ ਐਗਰੀਮੈਂਟ ਕਦੇ ਰੱਦ ਨਹੀਂ ਹੋਣਗੇ, ਮਹਿੰਗੀ ਬਿਜਲੀ ਇਸੇ ਤਰ੍ਹਾਂ ਮਿਲੇਗੀ। ਹਾਂ, ਜੇ ਕਾਂਗਰਸ ਦੇ ਵਿੱਚੋਂ ਕੋਈ ਮੁੱਖ ਮੰਤਰੀ ਤਬਦੀਲ ਹੋ ਗਿਆ ਤੇ ਫਿਰ ਹੋ ਸਕਦਾ ਇਹ ਜਿਹੜੇ ਐਗਰੀਮੈਂਟ ਆ ਉਹ ਰੱਦ ਹੋ ਜਾਣ। ਸਰ ਹੁਣ ਜਿਹੜਾ ਹੈਗਾ ਕਿ ਕੀ ਸਮਝੋ ਕਿ ਪੰਜਾਬ ਤੀਜਾ ਫਰੰਟ ਜਿਹੜਾ ਤੁਹਾਡੀ ਕਿਹਾ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ? ਮੇਰੀ ਕਦੇ ਸਰ ਨਵਜੋਤ ਸਿੰਘ ਸਿੱਧੂ ਦੇ ਨਾਲ ਨਹੀਂ ਗੱਲਬਾਤ, ਇਹ ਕਿਆ ਸਰਾਈਆਂ ਇਹ ਗੱਲਾਂ, ਕਿਉਂਕਿ ਲੋਕ ਇਹ ਦੇਖਦੇ ਆ ਕਿ ਪੰਜਾਬ ਦੇ ਅੰਦਰ ਉਹ ਲੋਕ ਕੌਣ ਕੌਣ ਆ ਜਿਹੜੇ ਪੰਜਾਬ ਦੇ ਅੰਦਰ ਉਹ ਲੂਟ ਮਾਫੀਆ ਅਤੇ ਕਰਪਸ਼ਨ ਸਮਾਪਤ ਕਰਨ ਦਾ ਇੱਕ ਜਜ਼ਬਾ ਲੈ ਕੇ ਰਾਜਨੀਤੀ ਦੇ ਖੇਤਰ 'ਚ ਆਇਆ, ਫਿਰ ਉਹ ਲੋਕ ਟਿਪਸ ਦੇ ਉੱਤੇ ਗਿਣਤੀ ਕਰ ਲੈਂਦੇ ਐਂਡ ਸਮਾਂ ਲੱਗੇਗਾ, ਟਾਈਮ ਜ਼ਰੂਰ ਆਏਗਾ ਜਦੋਂ ਪੰਜਾਬ ਲਈ ਕੰਮ ਕਰਨ ਵਾਲੇ ਲੋਕ ਇੱਕ ਪਲੇਟਫਾਰਮ 'ਤੇ ਆਏਗੀ। ਦੋਸਤ, ਨੋ ਡਾਊਟ ਦਿੱਲੀ ਦੇ ਵਿੱਚ ਉਹਨਾਂ ਨੇ ਚੰਗੇ ਕੰਮ ਕੀਤੇ ਆ,
ਇਮਾਨਦਾਰੀ ਦਿਖਾਈ ਦਿੱਲੀ ਪ੍ਰਤੀ, ਲੋਕਾਂ ਨੇ ਚੰਗੇ ਕੰਮਾਂ ਲਈ ਵੋਟ ਕਾਸਟ ਕੀਤਾ, ਪਰ ਕੇਜਰੀਵਾਲ ਸਾਹਿਬ ਦੀ ਪੰਜਾਬ ਪ੍ਰਤੀ ਪਹੁੰਚ ਟ੍ਰਾਂਸਪੇਰੈਂਸੀ ਵਾਲੀ ਇਮਾਨਦਾਰ ਨਹੀਂ ਹੈਗੀ। ਫੈਸਲਾ ਹੋ ਸਕਦਾ ਕਿ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ, ਮੈਂ ਉਹੀ ਜਵਾਬ ਦੇਣ ਲੱਗਿਆ, ਕੇਜਰੀਵਾਲ ਸਾਹਿਬ ਉਹੀ ਨੇ ਜਿਹੜੇ ਕਹਿੰਦੇ ਸੀ ਮਜੀਠੀਆ ਨੂੰ ਫੜ ਕੇ ਅੰਦਰ ਤੋਂ ਦਿਆਂਗੇ, ਇੱਕ ਵਾਰ ਨਹੀਂ ਹਜ਼ਾਰ ਵਾਰ ਬੋਲੇਗੇ ਮਜੀਠੀਆ, ਤੇ ਉਹਨੂੰ ਕਲੀਨ ਚਿੱਟ ਦੇ ਗਏ ਚਿੱਟੇ ਦੇ ਵਿੱਚੋਂ। ਤੁਹਾਡੇ ਸਾਹਮਣੇ ਸਾਡੇ ਨਾਲ ਅਲਾਇੰਸ ਮੌਕੇ ਆਮ ਆਦਮੀ ਪਾਰਟੀ ਦਾ, ਲੋਕ ਇਨਸਾਫ ਪਾਰਟੀ ਨਾਲ 2017 'ਚ ਮੀਡੀਆ ਦੀ ਹਾਜ਼ਰੀ 'ਚ ਉਹਨਾਂ ਨੇ ਅਨਾਊਂਸ ਕੀਤਾ ਵੀ ਅਸੀਂ ਪਾਣੀ ਦੀ ਕੀਮਤ ਭੇਜਾਂਗੇ। ਹੁਣ ਪਾਣੀ ਦੀ ਕੀਮਤ ਕੇਜਰੀਵਾਲ ਸਾਹਿਬ ਹਿਮਾਚਲ ਤੇ ਹਰਿਆਣੇ ਨੂੰ ਦਿੰਦੇ ਆ, ਅਸੀਂ ਕੇਜਰੀਵਾਲ ਸਾਹਿਬ ਦੇ ਕੀ ਮਾਂਹ ਮਾਰਿਆ ਪੰਜਾਬੀਆਂ ਨੇ? ਅਸੀਂ ਤਾਂ ਬਹੁਤ ਵੱਡੀ ਸਪੋਰਟ ਸਾਥ ਪੰਜਾਬ ਦੇ ਲੋਕਾਂ ਨੇ, ਐਂਡ ਸਾਡੀ ਰੋਡਵੇਜ਼ ਦੀ ਵੋਲਵੋ ਬੱਸ ਦਿੱਲੀ ਦੇ ਏਅਰਪੋਰਟ ਤੇ ਫੜ ਕੇ ਥਾਣਿਆਂ 'ਚ ਬੰਦ, ਬਾਦਲਾਂ ਦੀ ਇੰਡੋ ਕੈਨੇਡੀਅਨ ਚੱਲ ਰਹੀ ਹੈ। ਪਹਿਲਾਂ ਆਪਣੀ ਸਥਿਤੀ ਸਪਸ਼ਟ ਕਰਨ ਕੇਜਰੀਵਾਲ ਸਾਹਿਬ, ਪੰਜਾਬ ਪ੍ਰਤੀ ਉਹਨਾਂ ਦੀ ਪਹੁੰਚ ਕੀ ਹੈਗੀ, ਫਿਰ ਉਸ ਤੋਂ ਬਾਅਦ 'ਚ ਪੰਜਾਬ ਦੇ ਲੋਕ ਫੈਸਲਾ ਲੈਣਗੇ। ਬੁਲੰਦ ਟੀਵੀ ਲਈ ਅੰਮ੍ਰਿਤਸਰ ਤੋਂ ਕ੍ਰਿਸ਼ਨ ਕੁਮਾਰ ਦੀ ਰਿਪੋਰਟ।